ਸ਼ਲੋਕ ਮਹੱਲਾ ਚੌਥਾ ਗੁਰਮਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਿਹਾ ਲੇਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ ਸਤ ਗੁਰ ਮਿਲਿਆ ਨਾਮ ਉਪਜੈ ਤਿਸਨਾ ਭੁਖ ਸਭ ਜਾਏ ਨਾਨਕ ਨਾਮੈ ਰਤਿਆ ਨਾਮੋ ਪੱਲੇ ਪਾਏ ਮਹਲਾ ਚੌਥਾ ਸਤਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਕਰ ਛੋੜ ਗਿਆ ਉਸ ਪਿੱਛੇ ਵੱਜੇ ਫੱਕੜੀ ਮੂੰਹ ਕਾਲਾ ਆਗੈ ਭਇਆ ਉਸ ਅਰਲ ਬਰਲ ਮੂੰ ਨਿਕਲੇ ਨਿਤ ਝੱਗੂ ਸੁੱਟਦਾ ਮੂਆ ਕੀ ਆ ਹੋਵੇ ਕਿਸੇ ਹੀ ਦੇ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਭਇਆ ਜਿਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਪਾਵੈ ਵੇਖੋ ਭਾਈ ਵਡਿਆਈ ਹਰ ਸੰਤ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰह्म ਵਿਚਾਰ ਹੋਵੇ ਦਰ ਸਾਚੈ ਆਗੋ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸਚੈ ਬੱਧਾ ਥੇ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰੱਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਪਾਵ ਅਰਥ ਹੈ ਜੇ ਮਨੁੱਖ ਸਤਗੁਰ ਦੇ ਸਨਮੁਖ ਹੈ ਉਸ ਦੇ ਅੰਦਰ ਠੰਡ ਹੈ ਤੇ ਉਹ ਮਨੋ ਤਨੋ ਨਾਮ ਵਿੱਚ ਲੀਨ ਰਹਿੰਦਾ ਹੈ ਉਹ ਨਾਮ ਹੀ ਚਿਤਾਰਦਾ ਹੈ ਨਾਮ ਹੀ ਪਰਦਾ ਹੈ ਤੇ ਨਾਮ ਵਿੱਚ ਹੀ ਬਿਰਤੀ ਜੋੜੀ ਰੱਖਦਾ ਹੈ ਨਾਮ ਸੁੰਦਰ ਵਰਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਜੇ ਗੁਰੂ ਮਿਲ ਪਏ ਤਾਂ ਨਾਮ ਪੁੰਗਰਦਾ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਭੁੱਖ ਸਾਰੀ ਦੂਰ ਹੋ ਜਾਂਦੀ ਹੈ ਹੇ ਨਾਨਕ ਜੀ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਪੱਲੇ ਵਿੱਚ ਉਕਰਿਆ ਹੈ ਜੋ ਮਨੁੱਖ ਗੁਰੂ ਪਰਮੇਸ਼ਵਰ ਵੱਲੋਂ ਮਾਰਿਆ ਹੋਇਆ ਹੈ ਪਾਵ ਜਿਸ ਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ ਉਹ ਪਰਮ ਵਿੱਚ ਪਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ ਤੇ ਅੱਗੇ ਜਿੱਥੇ ਜਾਂਦਾ ਹੈ ਮੁਖਾਲਕ ਖਟਦਾ ਹੈ ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰਕੇ ਹੀ ਦੁਖੀ ਹੁੰਦਾ ਰਹਿੰਦਾ ਹੈ ਕਿਸੇ ਦੇ ਵੀ ਕੀਤੇਆਂ ਕੁਝ ਨਹੀਂ ਹੋ ਸਕਦਾ ਭਾਵ ਕੋਈ ਉਸ ਨੂੰ ਸਮਤ ਨਹੀਂ ਦੇ ਸਕਦਾ ਕਿਉਂਕਿ ਮੁੱਢ ਤੋਂ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਵੀ ਇਹੋ ਜਹੀ ਭਾਵ ਨਿੰਦਾ ਦੀ ਮੰਦੀ ਕਮਾਈ ਕਰਨੀ ਪਈ ਹੈ ਉਹ ਮਨਮੁਖ ਜਿੱਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਹੇ ਸੰਤ ਜਨੋ ਪਿਆਰੇ ਮਾਲਕ ਪ੍ਰਭ ਦੀ ਵਡਿਆਈ ਵੇਖੋ ਕਿ ਜਿਹੋ ਜਹੀ ਕੋਈ ਕਮਾਈ ਕਰਦਾ ਹੈ ਉਹ ਜਿਹਾ ਉਸ ਨੂੰ ਫਲ ਮਿਲਦਾ ਹੈ ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆ ਕੇ ਸੁਣਾ ਰਿਹਾ ਹੈ ਤਾਂ ਜੋ ਪੜਾ ਬੀਜ ਬੀਜ ਕੇ ਪੜੇ ਫਲ ਦੀ ਆਸ ਹੋ ਸਕੇ ਸੱਚੇ ਸਤਗੁਰ ਨੇ ਸਤ ਸੰਗ ਰੂਪ ਵਿੱਚ ਵਸਾਇਆ ਹੈ ਉਸ ਪਿੰਡ ਲਈ ਸਤ ਸੰਗੀ ਰੱਖੇ ਵੀ ਸਤ ਗੁਰ ਨੇ ਹੀ ਦਿੱਤੇ ਹਨ ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿੱਚ ਜੁੜੇ ਹਨ ਉਹਨਾਂ ਦੀ ਆਸ ਪੂਰਨ ਹੋ ਗਈ ਹੈ ਭਾਵ ਤ੍ਰਿਸ਼ਨਾ ਮਿਟ ਗਈ ਹੈ ਦਿਆਲ ਦੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ ਆਪਣੀ ਮਿਹਰ ਕਰਕੇ ਸਤ ਗੁਰ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ ਹੇ ਨਾਨਕ ਜੀ ਮੈਂ ਸਦਾ ਉਸ ਸਤਗੁਰ ਤੋਂ ਸਦਕੇ ਹਾਂ ਜਿਸ ਵਿੱਚ ਇਤਨੇ ਗੁਣ ਹਨ